ਅੰਮ੍ਰਿਤਪਾਲ ਸਿੰਘ ਜੀ ਇੰਡੀਪੈਂਡੈਂਟ ਜਿੱਤੇ ਆ, ਉਹ 18 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ, 2 ਲੱਖ ਦੀ ਲੀਡ ਨਾਲ ਜਿੱਤੇ ਆ ਉਹ। ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ, ਉਹਨਾਂ ਦਾ ਰੁਤਬਾ ਹੁਣ ਜੇਲ੍ਹ 'ਚ ਰਹਿਣ ਦਾ ਨਹੀਂ। ਕਿਹੜੀਆਂ ਗੱਲਾਂ ਤੁਸੀਂ ਸਪੀਕਰ ਸਾਹਿਬ ਦੇ ਸਨਮੁੱਖ ਰੱਖੀਆਂ ਕਿ ਇਸ ਵਿਭਾਗ 'ਤੇ ਸਾਨੂੰ ਬੇਰੋਲ ਮਿਲਣੀ ਚਾਹੀਦੀ ਹੈ ਭਾਈ ਅੰਮ੍ਰਿਤਪਾਲ ਸਿੰਘ? ਤਾਂ ਇਸ ਲਈ ਹੁਣ ਹਾਲੇ ਤੱਕ ਦਾ ਸਾਡਾ ਏਮ ਸੀਗਾ ਓਥ ਦਾ, ਬਈ ਓਥ ਦਵਾਈ ਜਾਵੇ। ਜਦੋਂ ਇਹ ਓਥ ਲੈ ਲਈ ਗਈ, ਇਹ ਕੰਪਲੀਟ ਹੋ ਗਿਆ, ਫਿਰ ਅਸੀਂ ਚਲਾਵਾਂਗੇ ਬਈ ਇਹਨਾਂ ਨੂੰ ਛੱਡਿਆ ਜਾਵੇ, NSA ਖਤਮ ਕੀਤੀ ਜਾਵੇ। ਜਦੋਂ ਇਹਨਾਂ ਨੇ ਸੰਵਿਧਾਨ ਦੀ ਸਹੁੰ ਲੈ ਲਈ, ਜਦੋਂ ਆਪਣਾ ਕਸਮ ਖਾ ਲਈ, ਫਿਰ ਤਾਂ ਰਹਿ ਕੀ ਗਿਆ? ਕੋਈ ਪੰਜਾਬ ਦੇ ਹੋਰ MP ਨੇ ਇਸ ਕੰਮ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਕਿ ਅਸੀਂ ਸਹੁੰ ਚੁਕਾਉਣੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾ ਕੇ ਗੱਲਬਾਤ ਕਰਕੇ? ਨਹੀਂ ਜੀ, ਮੇਰੇ ਕੋਲ ਕੋਈ MP ਨਹੀਂ ਆਇਆ ਬਈ ਅਸੀਂ ਤੁਹਾਡੇ ਨਾਲ ਹੈ, ਤੁਸੀਂ ਇਹ ਮੁੱਦਾ ਚੱਕੋ। ਕਿਸੇ ਨੇ ਮੈਨੂੰ ਬਿਲਕੁਲ ਇਸ ਮਸਲੇ 'ਤੇ ਕਿਸੇ ਨੇ ਕਾਲ ਨਹੀਂ ਕੀਤੀ। ਮਹਿਸੂਸ ਹੋਈ ਗੱਲ ਕਿ ਅੱਜ ਪੰਜਾਬ ਦੇ ਆਪਣੇ ਆਪ ਦੇ MP ਨਹੀਂ ਗੱਲ ਕਰਦੇ? ਹੈ ਆ, ਉਹਨਾਂ ਨੇ ਕਿਉਂ ਚੱਕਣੀ? ਕਿ ਉਹਨਾਂ ਨੂੰ ਪਤਾ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਸਾਡੀਆਂ ਦੁਕਾਨਾਂ ਬੰਦ। ਪੰਜਾਬ ਦੇ ਵਿੱਚ ਜੇਕਰ 2 ਆਜ਼ਾਦ ਉਮੀਦਵਾਰ ਜਿੱਤੇ ਨੇ, ਉਹ ਇੱਕ ਅਜਿਹੀ ਭਾਵਨਾ ਜਾਂ ਅਜਿਹੀ ਆਈਡੀਓਲੋਜੀ ਨਾਲ ਹੈਗੇ ਨੇ ਜਿਹੜੇ ਇੱਕ ਵੱਖਰਾ ਮੁਲਕ ਦੀ ਮੰਗ ਕਰਦੇ ਨੇ, ਜਾਂ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਲਈ ਜ਼ਿੰਮੇਵਾਰ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ? ਐਟ ਪ੍ਰੈਜੈਂਟ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਹਾਂ। ਮੇਰੇ 'ਤੇ ਪੂਰਾ ਭਰੋਸਾ ਹੋਵੇ ਇਹਨਾਂ ਨੂੰ ਬਈ ਇਹ ਜਿਹੜਾ ਬੰਦਾ ਸਾਡੀ ਗੱਲ ਕਰੂਗਾ, ਇਹ ਠੀਕ ਕਰੂਗਾ। ਜਿਹੜੇ ਹਲਫ ਹੈਗੇ ਨੇ, ਚੁਣੇ ਜਾਂਦੇ ਹਲਫ ਨੇ, ਉਸ ਤੋਂ ਇਲਾਵਾ ਕੋਈ ਫਾਲਤੂ ਸ਼ਬਦ ਨਹੀਂ ਬੋਲੇਗਾ। ਠੀਕ ਉਸ ਵੇਲੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਜਾ ਰਹੇ ਨੇ, ਜਦੋਂ ਪ੍ਰੋਫੈਸਰ ਸੀਤ ਜਿਹੜੇ ਹੈਗੇ ਸਹੁੰ ਚੁੱਕਣ ਜਾ ਰਹੇ ਨੇ, ਪਰ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। UP ਤੋਂ ਸੰਸਦ ਮੈਂਬਰ ਚੁਣ ਕੇ ਆਏ ਗੰਗਵਾਰ ਸਾਹਿਬ, ਉਹਨਾਂ ਨੇ ਜੈ ਹਿੰਦੂ ਰਾਸ਼ਟਰ ਦਾ ਨਾਅਰਾ ਲਗਾਇਆ। ਹਿੰਦੂ ਰਾਸ਼ਟਰ ਦਾ ਵੀ ਕੋਈ ਨਾਅਰਾ ਲਾਉਂਦਾ ਹੈ ਨਾ, ਉਹਦੇ ਨਾਲ ਵੀ ਉਹੀ ਹੋਣਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਖਾਲਿਸਤਾਨ ਦੀ ਗੱਲ ਕਰਦੇ ਪਰਚਾ ਦਿੰਦੇ ਹੈ ਨਾ, ਉਹੀ ਪਰਚਾ ਹਿੰਦੂ ਰਾਸ਼ਟਰ 'ਤੇ ਵੀ ਦੇਣਾ ਚਾਹੀਦਾ। ਮਾਹੌਲ ਖਰਾਬ ਹੁੰਦਾ ਚੀਜ਼ਾਂ ਨਾਲ? ਮਾਹੌਲ ਤਾਂ ਖਰਾਬ ਹੋ ਹੀ ਰਿਹਾ, ਅੱਜ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ ਤੁਸੀਂ ਆਪਣੇ ਦੇਸ਼ 'ਚ, ਉਹ ਮਾਹੌਲ ਨਹੀਂ ਖਰਾਬ। ਪਾਸੇ ਇੰਦਰਾ ਗਾਂਧੀ ਦਾ ਪੋਤਰਾ ਹੋਵੇਗਾ ਤਾਂ ਦੂਜੇ ਪਾਸੇ ਭਾਈ ਸ਼ਹੀਦ ਭਾਈ ਬੇਅੰਤ ਸਿੰਘ ਦਾ ਬੇਟਾ ਹੋਵੇਗਾ, ਅੱਖਾਂ 'ਚ ਅੱਖ ਪਾ ਕੇ ਗੱਲ ਹੋਈ? ਕੋਈ ਆਮਣੇ ਸਾਹਮਣੇ ਨਹੀਂ ਗੱਲ ਹੋਈ, ਪਾਰਲੀਮੈਂਟ ਦੇ ਵਿੱਚ ਹਾਊਸ ਦੇ ਵਿੱਚੋਂ ਜਦੋਂ ਮੈਂ ਬਾਹਰ ਆ ਰਿਹਾ ਸੀ, ਤੁਰਿਆ ਜਾਂਦਾ ਸੀ, ਮੈਨੂੰ ਆਵਾਜ਼ ਆਈ ਸਤਿ ਸ਼੍ਰੀ ਅਕਾਲ ਜੀ, ਜਦੋਂ ਮੈਂ ਦੇਖਿਆ ਰਾਹੁਲ ਗਾਂਧੀ ਸੀ, ਉਹਨੇ ਬੁਲਾਇਆ, ਮੈਂ ਨਹੀਂ ਬੁਲਾਇਆ। ਅੱਛਾ, ਤੁਹਾਨੂੰ ਬੁਲਾਇਆ? ਮੈਨੂੰ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਕਹਿੰਦਾ ਸਤਿ ਸ਼੍ਰੀ ਅਕਾਲ। ਤੁਹਾਡੇ ਮਨ 'ਚ ਕੀ ਹੈ ਰਾਹੁਲ ਗਾਂਧੀ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ? ਪਹਿਲੀ ਗੱਲ ਤਾਂ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਲਿਖਤੀ ਮਾਫ਼ੀ ਮੰਗਣੀ ਚਾਹੀਦੀ। ਇਹ ਜਿਹੜਾ 84 ਦਾ ਮੁੱਦਾ ਹੈ ਦਿੱਲੀ ਦਾ, ਇਹ ਦੰਗੇ ਨਹੀਂ ਹੈ। 84 'ਚ ਆਪਾਂ ਕਹਿ ਦਿੰਦੇ ਹਾਂ ਦੰਗੇ, ਨਹੀਂ ਇਹ ਦੰਗੇ ਨਹੀਂ ਹੈ, ਇਹ ਜੈਨੋਸਾਈਟ ਹੈ, ਇਹ ਨਸਲਕੁਸ਼ੀ ਹੈ। ਇੱਕ ਪਾਸੇ ਨਿਹੱਥੇ ਲੋਕ ਹੋਣ ਅਤੇ ਦੂਜੇ ਪਾਸੇ ਹਥਿਆਰ ਲੈ ਕੇ ਉਹਨਾਂ ਨੂੰ ਮਾਰਨਾ, ਉਹਨੂੰ ਜੈਨੋਸਾਈਟ ਕਹਿੰਦੇ ਹਾਂ। ਇਹਨਾਂ ਨੇ ਸਾਰੀ ਦਿੱਲੀ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ ਸਰਦਾਰਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਰਦਾਰ ਖਤਮ ਹੋ ਜਾਣ। ਸਰਦਾਰ ਤਾਂ ਉਦੋਂ ਨਹੀਂ ਸੀ ਖਤਮ ਹੋਏ ਜਦ 2 ਰਹਿ ਗਏ ਸੀ ਸਿੰਘ, ਅਤੇ ਇਹ ਤਾਂ ਕੀ ਖਤਮ ਕਰ ਲੈਣਗੇ ਸਾਨੂੰ। ਇਸ ਵੇਲੇ ਸਾਡੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਨੇ, MP ਬਣੇ ਨੇ ਫਰੀਦਕੋਟ ਤੋਂ।
ਸਾਰੇ ਵਰਗਾਂ ਨੇ ਵੋਟ ਪਾਈ, ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥਕ ਹੁਲਾਰਾ ਤੁਹਾਡੇ ਜਿੱਤਣ ਤੋਂ ਬਾਅਦ, ਭਾਈ ਅੰਮ੍ਰਿਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਬਹੁਤ ਵੱਡਾ ਪੰਜਾਬ ਦੇ ਵਿੱਚ ਆਇਆ ਜੀ। ਹਾਂਜੀ, ਕਿਹੋ ਜਿਹਾ ਪੰਜਾਬ ਤੋਂ ਸੁਨੇਹਾ ਦੇਖ ਰਹੇ ਹੋ ਜੀ, ਕਿਹੋ ਜਿਹੀ ਤੁਹਾਡੇ ਤੱਕ ਪਹੁੰਚ ਤੱਕ ਫੀਡਬੈਕ ਆ ਰਹੀ ਹੈ ਜੀ? ਮੈਂ ਜੀ, ਜੇ ਮੇਰੇ ਮਨ ਦੀ ਗੱਲ ਪੁੱਛੋ, ਮੈਂ ਸਭ ਤੋਂ ਪਹਿਲਾਂ ਤਾਂ ਨਸ਼ਾ ਮੁਕਤ ਪੰਜਾਬ ਦੇਖਣਾ ਚਾਹੁੰਦਾ, ਵੀ ਨਸ਼ਾ ਨਾ ਹੋਵੇ ਪੰਜਾਬ ਦੇ ਵਿੱਚ। ਜਿਵੇਂ ਚਿੱਟੇ ਦਾ ਜਿਹੜਾ ਨਸ਼ਾ ਹੈ ਨਾ, ਇਹ ਤਾਂ ਬਸ ਇਹਦਾ ਤਾਂ ਨਾਂ ਵੀ ਨਾ ਹੋਵੇ ਪੰਜਾਬ ਦੇ ਵਿੱਚ। ਇਹ ਤਾਂ ਬਹੁਤ ਗਲਤ ਨਸ਼ਾ ਹੈ, ਮਤਲਬ ਜਵਾਨੀ ਨੂੰ ਸਾਡੇ ਪੰਜਾਬ ਦੀ ਨੂੰ ਐਵੇਂ ਰੋਲਤਾ ਹੀ ਨਾ ਜੀ, ਬਸ ਤੁਸੀਂ ਕਹੋ ਨਾ ਕੁਛ ਜੀ। ਭਾਈ ਸਾਹਿਬ, ਜਦੋਂ ਬਹੁਤ ਵੱਡੇ ਤੁਸੀਂ ਪ੍ਰੋਗਰਾਮ ਉਲੀਕਦੇ ਹੋ, ਉਹਦੇ ਵਿੱਚ ਸਰਕਾਰਾਂ ਦੀ ਮਦਦ ਨਿਸ਼ਚਿਤ ਤੌਰ 'ਤੇ ਲੈਣੀ ਪੈਂਦੀ ਹੈ, ਤੁਸੀਂ ਆਜ਼ਾਦ ਤੌਰ 'ਤੇ ਜਿੱਤੇ ਹੋ, ਆਸ ਉਮੀਦ ਕਰਦੇ ਹੋ? ਬਹੁਤ ਸਾਰੇ ਕਹੋਗੇ, ਇੱਕ ਤਬਕਾ ਪੰਜਾਬ ਦਾ ਅਜਿਹਾ ਜਿਹੜਾ ਕਹਿ ਰਿਹਾ ਕਿ BJP ਪੰਜਾਬ ਲਈ ਖਤਰਾ ਹੋ ਸਕਦੀ ਆ, ਜੇਕਰ ਮਦਦ ਲੈਣੀ ਪਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੱਕ, ਅਜਿਹੇ ਮੁੱਦਿਆਂ ਨੂੰ ਲੈ ਕੇ ਜਾਓਗੇ? ਨਹੀਂ, ਬਿਲਕੁਲ ਜਾਵਾਂਗੇ ਜੀ। ਅਸੀਂ, ਸਾਡੇ ਨਾਲ ਜਿਹੜੀ ਗੱਲ ਹੋਈ ਸੀ, ਅਸੀਂ ਇਹਨਾਂ ਨੂੰ ਚਾਰ ਸ਼ਰਤਾਂ ਕਹੀਆਂ ਸੀ ਆਪਣੀਆਂ, ਚਾਰ ਸ਼ਰਤਾਂ, ਵੀ ਪਹਿਲਾਂ ਸਾਡੀਆਂ ਸ਼ਰਤਾਂ ਦਾ ਭਰੋਸਾ ਨਾ ਦਵਾਓ, ਸ਼ਰਤਾਂ ਮੰਨੋ। ਪਹਿਲਾਂ ਇਹ ਸਾਡੀਆਂ ਤਿੰਨ ਜਾਂ ਚਾਰ ਸ਼ਰਤਾਂ ਤੁਸੀਂ ਮੰਨੋ, ਅਸੀਂ ਉਸ ਤੋਂ ਬਾਅਦ ਵਿਚਾਰ ਕਰਾਂਗੇ, ਕਿਉਂਕਿ ਜਿਹੜੀਆਂ ਇਹ ਸ਼ਰਤਾਂ, ਇਹ ਤੁਹਾਡੀ ਰਿਸਪੋਂਸੀਬਿਲਟੀ ਹੈ ਬਿਲਕੁਲ, ਜਿਹੜੀ ਤੁਸੀਂ ਆਪਣੀ ਪੂਰੀ ਨਹੀਂ ਕਰਦੇ। ਪਹਿਲੀ ਹੈ ਕਿਸਾਨਾਂ ਦੀ, ਬਿੱਲ ਪਾਸ ਕਰੋ MSP ਦੀ। ਦੂਜੀ ਹੈ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉੱਥੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ। ਦੂਜੀ ਹੈ ਬੰਦੀ ਸਿੰਘਾਂ ਦੀ, ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਵੀ ਆਉਂਦੇ ਹੈ, ਬਾਕੀ ਹੋਰ ਬੰਦੀ ਸਿੰਘ ਆਉਂਦੇ ਆ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਤੇ ਹਲੇ ਤੱਕ ਛੱਡੇ ਨਹੀਂ। ਤੀਜੀ ਹੈ ਜਿਹੜੀ ਆਪਣੀ, ਉਹ ਇਹ ਹੈ ਵੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਹੈ ਜਿਹੜੇ, ਉਹਦੇ ਵਿੱਚ ਨਾ 3 ਸਾਲ ਦੀ ਸਜ਼ਾ ਹੈ, ਸਿਰਫ 3 ਸਾਲ ਦੀ। ਮੈਂ ਮਿਨੀਮਮ ਸਜ਼ਾ ਉਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਚਾਹੁੰਦਾ ਜੀ, ਬਈ ਉਮਰ ਕੈਦ ਹੋਵੇ ਮਿਨੀਮਮ, ਮੈਕਸੀਮਮ ਹੋਵੇ ਡੈਥ ਪੈਨਲਟੀ, ਇਹ ਤੀਜੀ ਸਜ਼ਾ। ਤੀਜਾ ਕਾਨੂੰਨ ਇਹ, ਤੇ ਚੌਥਾ ਮੈਂ ਨਸ਼ਿਆਂ ਦਾ ਚਾਹੁੰਦਾ। ਨਸ਼ਿਆਂ ਦਾ ਨਾ, ਹੁਣ ਮੈਨੂੰ ਫੋਨ ਆਉਂਦੇ ਆ, ਮਾਵਾਂ ਰੋਂਦੀਆਂ, ਕਹਿੰਦੀਆਂ ਪੁੱਤ ਮੈਂ ਕਿੱਥੋਂ ਪੈਸੇ ਦੇ ਦੇਵਾਂ ਮੁੰਡੇ ਨੂੰ, ਕਹਿੰਦੀ ਮੈਂ ਕਿੱਥੋਂ ਦੇਵਾਂ ਪੈਸੇ, ਮੇਰੇ ਕੋਲ ਹੈ ਨੀ, ਮੇਰੇ ਨਾਲ ਲੜਦਾ ਹੈ। ਭਾਈ ਸਾਹਿਬ, ਹੁਣ ਰੋਂਦੀਆਂ ਹੈ, ਰੋ ਕੇ ਕਹਿੰਦੀਆਂ। ਤੁਸੀਂ ਕਿਹਾ ਸੀ ਕਿ ਪੰਥ ਦਾ ਉਲੰਭਣ ਲਿਓ, ਪੰਥ ਨੇ ਆਪਦਾ ਉਲੰਭਾ ਲਾਤਾ, ਤੁਹਾਨੂੰ ਭੇਜਿਆ। ਮੈਂ ਨਹੀਂ ਗੱਲ ਕਹੀ, ਤੁਹਾਡੇ ਕੌਣ ਨੇ ਗੱਲ ਕਹੀ? ਕੌਮ ਨੇ ਕਹੀ ਗੱਲ ਕਿ ਪੰਥ ਦਾ ਉਲੰਭਣ ਲੈ ਲਿਓ, ਹੁਣ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ, ਉਹ ਜ਼ਿੰਮੇਵਾਰੀ ਪੂਰੀ ਕਰਦੇ ਨਜ਼ਰ ਆਓਗੇ। ਸੰਕਲਪ ਦੇ ਤੌਰ ਤੇ ਪ੍ਰੋਗਰਾਮ ਗਿਣਾ ਦਿੱਤੇ ਹੈਗੇ ਨੇ, ਕਿਸ ਤਰੀਕੇ ਨਾਲ ਉਸ ਨੂੰ ਪੂਰੇ ਪੰਜਾਬ 'ਚ ਇੰਪਲੀਮੈਂਟ ਕਰੋਗੇ, ਆਪਣੇ ਹਲਕੇ ਦੇ ਵਿੱਚ ਇੰਪਲੀਮੈਂਟ ਕਰੋਗੇ? ਬਿਲਕੁਲ ਜੀ, ਜ਼ਿੰਮੇਵਾਰੀ ਜਿਹੜੀ ਕੌਮ ਨੇ ਮੈਨੂੰ ਸੌਂਪੀ ਹੈ, ਮੈਂ ਬਿਲਕੁਲ ਆਪਣੇ, ਜਿਵੇਂ ਕਹਿ ਲਓ ਬਈ ਹਲੇ ਤਾਂ ਜ਼ਿੰਮੇਵਾਰੀ ਇਕੱਲੀ ਮੇਰੇ 'ਤੇ ਹੈ। ਜਿਵੇਂ ਹੀ ਅੰਮ੍ਰਿਤਪਾਲ ਸਿੰਘ ਜੀ ਬਾਹਰ ਆ ਜਾਣਗੇ ਅਤੇ ਅਸੀਂ ਰਲ ਕੇ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਾਂਗੇ। ਓਮ ਬਿਰਲਾ ਜੀ ਨੂੰ ਸਪੀਕਰ ਨੇ ਲੋਕ ਸਭਾ ਦੇ, ਉਹਨਾਂ ਨੂੰ ਕੱਲ੍ਹ ਤੁਸੀਂ ਮਿਲੇ ਵੀ ਹੈਗੇ, ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕਾਫੀ ਪੱਖ ਵੀ ਰੱਖਿਆ ਗਿਆ, ਕਿਹੜੀਆਂ ਗੱਲਾਂ ਤੁਸੀਂ ਸਪੀਕਰ ਸਾਹਿਬ ਦੇ ਸਨਮੁੱਖ ਰੱਖੀਆਂ ਕਿ ਇਸ ਵਿਭਾਗ 'ਤੇ ਸਾਨੂੰ ਪੇ ਰੋਲ ਮਿਲਣੀ ਚਾਹੀਦੀ ਹੈ, ਭਾਈ ਅੰਮ੍ਰਿਤਪਾਲ ਸਿੰਘ ਨੂੰ ਲੰਬੀ ਮਿਲਣੀ ਚਾਹੀਦੀ ਆ, ਕਿਸ ਤਰੀਕੇ ਦੀ ਤੁਹਾਡੀ ਉੱਥੇ? ਅਸੀਂ ਨਾ, ਮੈਂ ਪਹਿਲਾਂ ਇਹਨਾਂ ਦਾ ਪਰਸਨਲ ਸੈਕਟਰੀ ਆ ਦੱਤਾ ਜੀ, ਮੈਂ ਦੱਤਾ ਜੀ ਨੂੰ ਮਿਲਿਆ ਸੀ, 2-3 ਵਾਰੀ ਮਿਲਿਆ ਪਹਿਲਾਂ, ਕਿਉਂਕਿ ਮੇਰੀ ਨਾ ਬਾਪੂ ਜੀ ਨੇ
ਡਿਊਟੀ ਲਈ ਸੀ ਅੰਮ੍ਰਿਤਪਾਲ ਜੀ ਦੇ ਫਾਦਰ ਸਾਹਿਬ ਨੇ, ਬਈ ਤੁਸੀਂ ਇਹ ਪਤਾ ਕਰਨਾ ਵੀ ਮਤਲਬ ਸਹੁੰ ਕਿਸ ਦਿਨ ਚੁਕਾਉਣਗੇ, ਉਹਦੇ ਬਾਰੇ ਮੈਂ ਉਹਨਾਂ ਨੂੰ ਦੋ ਤਿੰਨ ਵਾਰੀ ਮਿਲਿਆ ਜੀ ਸਾਡੇ ਬੰਦੇ ਨੂੰ ਸਹੁੰ ਚੁਕਾਓ। ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸੀ ਬਈ ਦੱਸਾਂਗੇ ਅਸੀਂ ਇਸ ਦਿਨ ਸ਼ਾਮ ਨੂੰ, ਪਰ ਉਸ ਦਿਨ ਉਹਨਾਂ ਦੀ ਸ਼ਾਮ ਨੂੰ ਕਾਲ ਨਹੀਂ ਆਈ। ਮੈਂ ਕੱਲ੍ਹ 3 ਤਰੀਕ ਨੂੰ ਤਿਆਰ ਹੋ ਕੇ ਪਾਰਲੀਮੈਂਟ ਦੇ ਵਿੱਚ ਗਿਆ, ਉੱਥੇ ਓਮ ਬਿਰਲਾ ਜੀ ਨਹੀਂ ਸੀ। ਫਿਰ ਮੈਨੂੰ ਉਹਨਾਂ ਨੇ ਦੱਸਿਆ ਵੀ ਘਰੇ ਚਲੇ ਜਾਓ ਉਹਨਾਂ ਦੇ। ਮੈਂ ਘਰੇ ਜਾ ਕੇ ਉਹਨਾਂ ਨਾਲ ਗੱਲ ਕੀਤੀ 15 ਮਿੰਟ। ਮੈਂ ਕਿਹਾ ਜੀ ਜਿਵੇਂ ਮਰਜ਼ੀ ਕਰੋ, ਬਈ ਸਾਡਾ ਤਾਂ ਬੰਦੇ ਨੂੰ ਤੁਸੀਂ ਓਥ ਚੁਕਾਓ। ਉਹ ਕਹਿੰਦੇ ਜੀ ਕੋਈ ਨਹੀਂ, ਅਸੀਂ 5 ਤਰੀਕ ਨੂੰ ਕਰਾਵਾਂਗੇ, ਕਿਉਂਕਿ ਇਹਦੇ ਵਿੱਚ ਜਿਹੜਾ ਓਥ ਦਾ ਇਹਦੇ ਵਿੱਚ ਇੱਕ ਸਾਡਾ ਯੋਗਦਾਨ, ਬਾਕੀ ਪਰਿਵਾਰ ਦਾ ਤਾਂ ਹੈ ਹੀ ਹੈ। ਇੱਕ ਆਪਣੇ ਜਸਪ੍ਰੀਤ ਸਿੰਘ ਜੀ ਹੈ ਅਮੈਰੀਕਾ ਤੋਂ, ਬਹੁਤ ਵੱਡੇ ਵਕੀਲ ਹੈ, ਉਹਨਾਂ ਦਾ ਯੋਗਦਾਨ ਵੀ ਬਹੁਤ ਹੈ, ਕਿਉਂਕਿ ਉਹਨਾਂ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੱਕ ਨਾਲ ਗੱਲ ਕੀਤੀ ਸੀ ਬਾਈਡਨ ਨਾਲ ਵੀ ਇਹਨਾਂ ਨੂੰ ਛੱਡਿਆ ਜਾਵੇ। ਤਾਂ ਇਸ ਲਈ ਹੁਣ ਹਾਲੇ ਤੱਕ ਤਾਂ ਸਾਡਾ ਏਮ ਸੀਗਾ ਓਥ ਦਾ, ਬਈ ਓਥ ਦਵਾਈ ਜਾਵੇ। ਜਦੋਂ ਇਹ ਓਥ ਲੈ ਲਈ ਗਈ, ਇਹ ਕੰਪਲੀਟ ਹੋ ਗਿਆ, ਫਿਰ ਅਸੀਂ ਚਲਾਵਾਂਗੇ ਬਈ ਇਹਨਾਂ ਨੂੰ ਛੱਡਿਆ ਜਾਵੇ, NSA ਖਤਮ ਕੀਤੀ ਜਾਵੇ। ਜਦੋਂ ਇਹਨਾਂ ਨੇ ਸੰਵਿਧਾਨ ਦੀ ਸਹੁੰ ਲੈ ਲਈ, ਜਦੋਂ ਆਪਣਾ ਕਸਮ ਖਾ ਲਈ, ਫਿਰ ਤਾਂ ਰਹੇ ਕੀ ਗਿਆ ਜੀ? ਹੁਣ ਇਹਨਾਂ ਨੂੰ ਅਸੀਂ ਮੁਹਿੰਮ ਚਲਾਵਾਂਗੇ ਇਹਨਾਂ ਨੂੰ ਤੇ ਬਾਕੀ ਬੰਦੀ ਸਿੰਘਾਂ ਨੂੰ ਛਡਾਉਣ ਦੀ। ਜੀ ਖਾਲਸਾ ਜੀ, ਮੈਂ ਸਿੱਧਾ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਕੋਈ ਪੰਜਾਬ ਦੇ ਹੋਰ MP ਨੇ ਇਸ ਕੰਮ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਕਿ ਅਸੀਂ ਸਹੁੰ ਚੁਕਾਉਣੀ ਹੈਗੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾ ਕੇ ਗੱਲਬਾਤ ਕਰਕੇ ਸਪੀਕਰ ਸਾਹਿਬ ਕੋਲ ਰੱਖੀਏ, ਤੁਸੀਂ ਨਹੀਂ ਕਿਸੇ ਤੱਕ ਅਪਰੋਚ ਕੀਤੀ ਜਾਂ ਪੰਜਾਬ ਦੇ MP ਨੇ ਹੀ ਨਹੀਂ ਕਿਸੇ ਨੇ ਅਪਰੋਚ ਕੀਤੀ ਇਸ ਤਰੀਕੇ ਦੀ? ਨਹੀਂ ਜੀ, ਮੇਰੇ ਕੋਲ ਕੋਈ MP ਨਹੀਂ ਆਇਆ ਬਈ ਅਸੀਂ ਤੁਹਾਡੇ ਨਾਲ ਹੈ, ਤੁਸੀਂ ਇਹ ਮੁੱਦਾ ਚੱਕੋ। ਕਿਸੇ ਨੇ ਮੈਨੂੰ ਬਿਲਕੁਲ ਇਸ ਮਸਲੇ 'ਤੇ ਕਿਸੇ ਨੇ ਕਾਲ ਨਹੀਂ ਕੀਤੀ। ਦੁੱਖ ਹੁੰਦਾ ਇਹ ਗੱਲ ਦਾ ਕਿ ਜਦੋਂ 12 MP ਹੋਰ ਨੇ ਸਹੁੰ ਚੁੱਕੀ ਆ, ਉਹ ਵੀ ਆਜ਼ਾਦ ਤੌਰ 'ਤੇ ਜਿੱਤ ਗਏ ਨੇ, ਬਹੁਤ ਵੱਡਾ ਲੋਕਾਂ ਦਾ ਸਮਰਥਨ ਉਹਨਾਂ ਨੂੰ ਹੈ, ਲੋਕਤੰਤਰ ਸਿਸਟਮ ਦੇ ਵਿੱਚ ਆ ਗਏ ਨੇ, ਅਤੇ ਹੋਇਆ ਮਹਿਸੂਸ ਹੋਈ ਗੱਲ ਕਿ ਅੱਜ ਪੰਜਾਬ ਦੇ ਆਪਣੇ ਆਪ ਦੀ MP ਨਹੀਂ ਗੱਲ ਕਰ ਰਹੇ? ਮੈਂ ਨਾ ਜੀ ਪਾਰਲੀਮੈਂਟ ਦੇ ਵਿੱਚ ਮੈਨੂੰ ਹੋਰ MP ਮਿਲਦੇ ਹੈ, ਉਹ ਕਹਿੰਦੇ ਆ ਜੀ ਬਈ ਤੁਸੀਂ ਕਿਹੜੀ ਪਾਰਟੀ ਤੋਂ? ਮੈਂ ਕਿਹਾ ਇੰਡੀਪੈਂਡੈਂਟ। ਉਹਨਾਂ ਦੇ ਕੰਨ ਖੜੇ ਹੋ ਜਾਂਦੇ, ਇੰਡੀਪੈਂਡੈਂਟ ਇੰਡੀਪੈਂਡੈਂਟ ਜਿੱਤਣਾ ਇੱਕ ਬਹੁਤ ਵੱਡੀ ਗੱਲ ਹੈ, ਤੁਹਾਨੂੰ ਮੈਂ ਦੱਸ ਦਵਾਂ। ਅੰਮ੍ਰਿਤਪਾਲ ਸਿੰਘ ਜੀ ਇੰਡੀਪੈਂਡੈਂਟ ਜਿੱਤੇ ਆ, ਉਹ 18 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ, 2 ਲੱਖ ਦੀ ਲੀਡ ਨਾਲ ਜਿੱਤੇ ਆ ਉਹ। ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ, ਉਹਨਾਂ ਦਾ ਰੁਤਬਾ ਹੁਣ ਜੇਲ੍ਹ 'ਚ ਰਹਿਣ ਦਾ ਨਹੀਂ ਹੈ। ਉਹਨਾਂ ਨੂੰ ਜੇਲ੍ਹ 'ਚੋਂ ਕੱਢਿਆ ਜਾਵੇ, ਆਪਣੇ ਹਲਕੇ 'ਚ ਲੋਕਾਂ ਦੀ ਸੇਵਾ ਕਰਨ ਅਤੇ ਪੰਥ ਦੀ ਆਵਾਜ਼ ਚੱਕਣ ਉਹ। ਹੁਣ ਉਹਨਾਂ ਨੂੰ ਸਰਕਾਰ ਨੂੰ ਇਹ ਪਹਿਲ ਦੇ ਆਧਾਰ 'ਤੇ ਇਹ ਸਟੈਪ ਲੈਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੂੰ ਜੇਲ੍ਹ 'ਚੋਂ ਛੇਤੀ ਤੋਂ ਛੇਤੀ ਕੱਢਿਆ ਜਾਵੇ। ਪੰਜਾਬ ਦੇ ਕਿਸੇ MP ਨੇ ਗੱਲ ਨਹੀਂ ਚੁੱਕੀ, ਉਹ ਤਾਂ ਹੈ ਹੀ ਹੈ ਜੀ, ਹੈ ਹੀ ਆ। ਉਹਨਾਂ ਨੇ ਕਿਉਂ ਚੱਕਣੀ? ਕਿ ਉਹਨਾਂ ਨੂੰ ਪਤਾ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਸਾਡੀਆਂ ਦੁਕਾਨਾਂ ਬੰਦ ਹੈ, ਕਿਉਂਕਿ ਉਹ ਸੱਚੀ ਗੱਲ ਕਰਦਾ ਹੈ, ਆਪਣੇ ਪੰਥ ਦੀ ਗੱਲ ਕਰਦਾ ਹੈ। ਜਦੋਂ ਭਾਈ ਸਾਹਿਬ ਤੁਸੀਂ ਇੱਕ ਗੱਲ ਕਹੀ ਸੀ ਕਿ ਮੈਂ ਚਾਹੁੰਦਾ ਕਿ ਜਦੋਂ ਪਾਰਲੀਮੈਂਟ ਜਾਵਾਂ ਤਾਂ ਉਹ ਇੱਕ ਪਾਸੇ ਇੰਦਰਾ ਗਾਂਧੀ ਦਾ ਪੋਤਰਾ ਹੋਵੇਗਾ ਤਾਂ ਦੂਜੇ ਪਾਸੇ ਭਾਈ ਸ਼ਹੀਦ ਭਾਈ ਬੇਅੰਤ ਸਿੰਘ ਦਾ ਬੇਟਾ ਹੋਵੇਗਾ, ਅੱਖਾਂ 'ਚ ਅੱਖ ਪਾ ਕੇ ਗੱਲ ਹੋਈ ਆਮਣੇ ਸਾਹਮਣੇ? ਨਹੀਂ, ਮੇਰੀ ਕੋਈ ਆਮਣੇ ਸਾਹਮਣੇ ਨਹੀਂ ਗੱਲ ਹੋਈ ਪਾਰਲੀਮੈਂਟ ਦੇ ਵਿੱਚ। ਹਾਊਸ ਦੇ ਵਿੱਚੋਂ ਜਦੋਂ ਮੈਂ ਬਾਹਰ ਆ ਰਿਹਾ ਸੀ, ਤੁਰਿਆ ਜਾਂਦਾ ਸੀ, ਮੈਨੂੰ ਆਵਾਜ਼ ਆਈ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਵੀ ਕੋਈ ਨਹੀਂ ਸੀ, ਮੈਂ ਤੁਰਿਆ ਜਾਂਦਾ ਸੀ, ਉੱਧਰੋਂ 2 ਜਣੇ ਆਉਂਦੇ ਸੀ, ਮੈਂ ਇੱਧਰ ਜਿਵੇਂ ਥੋੜ੍ਹਾ ਜਿਹਾ ਚੌਕਸ ਜਿਹਾ ਹੋਇਆ, ਇੰਨੇ ਦੁਬਾਰਾ ਆਵਾਜ਼ ਆਈ ਸਤਿ ਸ਼੍ਰੀ ਅਕਾਲ ਜੀ। ਜਦੋਂ ਮੈਂ ਦੇਖਿਆ ਰਾਹੁਲ ਗਾਂਧੀ ਸੀ, ਉਹਨੇ ਬੁਲਾਇਆ, ਮੈਂ ਨਹੀਂ ਬੁਲਾਇਆ। ਅੱਛਾ, ਤੁਹਾਨੂੰ ਬੁਲਾਇਆ? ਮੈਨੂੰ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਕਹਿੰਦਾ ਸਤਿ ਸ਼੍ਰੀ ਅਕਾਲ।
ਫਤਿਹ ਦਾ ਫਤਿਹ 'ਚ ਜਵਾਬ ਦਿੱਤਾ ਫਿਰ? ਹਾਂ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਫਤਿਹ ਕਹਿੰਦਾ, ਮੈਂ ਕਿਹਾ ਫਤਿਹ ਜੀ। ਕਿਸ ਤਰੀਕੇ ਦਾ ਮਹਿਸੂਸ ਹੋਇਆ ਭਾਈ ਸਾਹਿਬ ਜਦੋਂ ਇੱਕ ਦੋਨਾਂ ਪਰਿਵਾਰਾਂ ਦੇ ਵਿੱਚ ਬਹੁਤ ਵੱਡਾ ਕੁੜੱਤਨ ਸੀ ਜਾਂ ਤੁਹਾਡੇ ਪਿਤਾ ਵੱਲੋਂ ਮਤਲਬ ਕਿ ਕੌਮ ਦੀ ਕੀ ਮਹਿਸੂਸ ਕੀ ਹੋਇਆ ਉਸ ਵੇਲੇ? ਮਹਿਸੂਸ ਨਾ ਭਾਵਨਾ ਰਹਿੰਦੀ ਹੈ, ਇੱਕ ਗੱਲ ਬਹੁਤ ਮੇਰੇ ਅੱਜ ਤੱਕ ਯਾਦ ਹੈ ਜੀ, ਮੈਨੂੰ ਮਤਲਬ ਪਤਾ ਹੈ ਬਈ ਜਦੋਂ ਇਹਨੇ ਇੱਕ ਵਾਰੀ ਨਾ ਰਾਜਸਥਾਨ 'ਚ ਭਾਸ਼ਣ ਦਿੱਤਾ ਸੀ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ, ਰਾਹੁਲ ਗਾਂਧੀ ਨੇ ਉਹਦੇ ਵਿੱਚ ਕਿਹਾ ਸੀ ਵੀ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ ਮਤਲਬ ਮੇਰੇ ਫਾਦਰ ਸਾਹਿਬ ਵੀ ਮੇਰੇ ਨਾਲ ਖੇਡਦੇ ਹੁੰਦੇ ਸੀ, ਬਹੁਤ ਖੇਡੇ ਆ ਮੇਰੇ ਨਾਲ, ਕਹਿੰਦਾ ਵੀ ਜਿਸ ਦਿਨ ਉਹਨਾਂ ਨੇ ਮੇਰੀ ਦਾਦੀ ਮਾਰੀ ਹੈ ਮੈਨੂੰ ਜਿੰਨਾ ਦੁੱਖ ਆਪਣੀ ਦਾਦੀ ਦਾ ਸੀ ਮੈਨੂੰ ਓਨਾ ਹੀ ਸ਼ਹੀਦ ਬੇਅੰਤ ਸਿੰਘ ਦਾ ਸੀ, ਕਹਿੰਦਾ ਮੇਰੇ ਨਾਲ ਬਹੁਤ ਪਿਆਰ ਸੀ। ਪਤਾ ਨਹੀਂ ਹੁਣ ਉਹਦੇ ਮਨ 'ਚ ਕੀ ਗੱਲ ਹੈ ਕੀ ਨਹੀਂ, ਉਹ ਤਾਂ ਮੈਂ ਜਾਣਦਾ ਨਹੀਂ, ਮੈਂ ਤਾਂ ਤੁਹਾਨੂੰ ਉਹਦੇ ਭਾਸ਼ਣ ਦੀ ਗੱਲ ਦੱਸੀ। ਪਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਪੁੱਛਣਾ ਚਾਹੁੰਦਾ, ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਮਨ ਦੇ ਵਿੱਚ ਕੀ ਹੈ ਰਾਹੁਲ ਗਾਂਧੀ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ? ਮੈਨੂੰ ਹੁਣ ਉਹਨਾਂ ਦੇ ਮਨ ਦਾ ਕੀ ਪਤਾ ਜੀ, ਤੁਹਾਡੇ ਮਨ 'ਚ ਕੀ ਹੈ ਜੀ? ਮੇਰੇ ਮਨ 'ਚ ਤਾਂ ਇਹ ਹੈ ਵੀ ਸਾਡੀ ਪੰਥ ਦੀ ਗੱਲ ਹੋਵੇ, ਜੋ ਇਹਨਾਂ ਨੇ ਪਹਿਲੀ ਗੱਲ ਤਾਂ ਗਲਤੀਆਂ ਕੀਤੀਆਂ ਕਾਂਗਰਸ ਨੇ ਸਿੱਖਾਂ ਪ੍ਰਤੀ, ਪਹਿਲੀ ਗੱਲ ਤਾਂ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਲਿਖਤੀ ਮਾਫ਼ੀ ਮੰਗਣੀ ਚਾਹੀਦੀ ਜੀ। ਉਸ ਤੋਂ ਬਾਅਦ ਸਾਡੇ ਪੰਥ ਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਫੈਸਲਾ ਕਰਨ ਇਹਨਾਂ ਨੂੰ ਕੀ ਸਜ਼ਾ ਲਾਉਣੀ ਆ ਕੀ ਨਹੀਂ ਲਾਉਣੀ, ਇਹਨਾਂ ਨੂੰ ਮਤਲਬ ਇਹ ਮਾਫ਼ੀ ਜ਼ਰੂਰ ਮੰਗਣੀ ਚਾਹੀਦੀ ਇਸ ਪਰਿਵਾਰ ਨੂੰ, ਇਹਦੀ ਮਤਲਬ ਕਹਿ ਲਓ ਮਾਂ ਨੂੰ, ਮੰਮੀ ਨੂੰ, ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ, ਉਹ ਵੀ ਲਿਖਤੀ ਬਈ ਜੋ ਸਾਡੇ ਬਾਪ ਦਾਦਿਆਂ ਨੇ ਕੀਤਾ ਹੈ ਉਹ ਅਸੀਂ ਮਾਫ਼ੀ ਮੰਗਦੇ। ਤੁਹਾਨੂੰ ਪਤਾ ਅਕਬਰ ਦਾ, ਔਰੰਗਜ਼ੇਬ ਦਾ ਖਾਨਦਾਨ ਹੈ ਹੈਦਰਾਬਾਦ ਜੀ, ਅੱਜ ਉਹਨਾਂ ਦਾ ਇੰਨਾ ਮਾੜਾ ਹਾਲ ਹੈ, ਉਹ ਅੱਜ ਵੀ ਪਛਤਾਉਂਦੇ ਆ, ਕਹਿੰਦੇ ਇੱਕ ਦਿਨ ਇੰਟਰਵਿਊ ਆਈ ਸੀ ਕਹਿੰਦੇ ਅਸੀਂ ਸਿੱਖਾਂ 'ਤੇ ਜ਼ੁਲਮ ਕੀਤਾ, ਅਕਾਲ ਤਖ਼ਤ ਸਾਹਿਬ 'ਤੇ ਜ਼ੁਲਮ ਕੀਤਾ ਤਾਂ ਅੱਜ ਸਾਡਾ ਇਹ ਹਾਲ ਹੈ, ਅਸੀਂ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਜਥੇਦਾਰ ਤੋਂ ਮਾਫ਼ੀ ਮੰਗਣਾ ਚਾਹੁੰਦੇ ਹਾਂ ਜੀ। ਇੱਕ ਸਵਾਲ ਲਵਾਂਗੇ, ਕੱਲ੍ਹ ਪਰਸੋਂ ਚਰਚਾ ਹੋਈ ਲੋਕ ਸਭਾ ਦੇ ਵਿੱਚ, ਤੁਸੀਂ ਉਸ ਸਮੇਂ ਹਾਜ਼ਰ ਸੀ, 84 ਦੇ ਮਾਮਲੇ 'ਤੇ ਚਰਚਾ ਹੋਈ, 84 ਦੇ ਮਾਮਲੇ 'ਤੇ ਗ੍ਰਹਿ ਮੰਤਰੀ ਵੱਲੋਂ ਬੋਲਿਆ ਗਿਆ, ਤੁਹਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, 84 ਦੀ ਗੱਲ ਹੈਗੀ ਆ ਚਾਹੇ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਹੈਗੀ ਆ, ਤਾਂ ਉਸਨੂੰ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਹਿ ਮੰਤਰੀ ਸਾਹਮਣੇ ਜਾਂ ਉਹ ਬਹੁਤ ਸਾਰੇ MP ਚੁਣੇ ਗਏ, ਬਹੁਤ ਸਾਰੇ MP ਨੇ ਗੱਲ ਕੀਤੀ ਪਰ ਉੱਥੇ ਉਹ ਗੱਲ ਰੱਖ ਨਹੀਂ ਪਾਈ, ਕਿਤੇ ਨਾ ਕਿਤੇ ਨਾਕਾਮ ਰਹੇ ਜਾਂ ਉਹ ਉਹਨਾਂ ਨੇ ਉੱਥੇ ਜਾ ਕੇ ਪਾਸਾ ਪਲਟ ਲਿਆ ਜੀ? ਨਹੀਂ, ਜਿਹੜੀ ਨਾ ਪਹਿਲੀ ਗੱਲ ਤਾਂ ਇਹ ਜਿਹੜਾ 84 ਦਾ ਮੁੱਦਾ ਹੈ ਦਿੱਲੀ ਦਾ ਜੀ, ਇਹ ਦੰਗੇ ਨਹੀਂ ਹੈ, 84 ਚ ਆਪਾਂ ਕਹਿ ਦਿੰਦੇ ਹਾਂ ਦੰਗੇ, ਨਹੀਂ ਇਹ ਦੰਗੇ ਨਹੀਂ ਹੈ, ਇਹ ਜੈਨੋਸਾਈਟ ਹੈ, ਇਹ ਨਸਲਕੁਸ਼ੀ ਹੈ। ਦੰਗੇ ਉਹਨਾਂ ਨੂੰ ਕਹਿੰਦੇ ਆ ਜੀ, ਦੋਨੋਂ ਸਾਈਡ ਤੋਂ ਬੰਦੇ ਆ ਗਏ, ਵਿੱਚੋਂ 10 ਮਰ ਗਏ, 15 ਮਰ ਗਏ, 20 ਮਰ ਗਏ, ਉਹਨਾਂ ਨੂੰ ਦੰਗੇ ਕਹਿੰਦੇ ਆ। ਜਦੋਂ ਇੱਕ ਪਾਸੇ ਨਿਹੱਥੇ ਲੋਕ ਹੋਣ ਤੇ ਦੂਜੇ ਪਾਸੇ ਹਥਿਆਰ ਲੈ ਕੇ ਉਹਨਾਂ ਨੂੰ ਮਾਰਨਾ, ਉਹਨੂੰ ਜੈਨੋਸਾਈਡ ਕਹਿੰਦੇ ਆ। ਇਹਨਾਂ ਨੇ ਸਾਰੀ ਦਿੱਲੀ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ ਸਰਦਾਰਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਰਦਾਰ ਖਤਮ ਹੋ ਜਾਣ। ਸਰਦਾਰ ਤਾਂ ਉਦੋਂ ਨਹੀਂ ਸੀ ਖਤਮ ਹੋਏ ਜਾਂ 2 ਰਹਿ ਗਏ ਸੀ ਸਿੰਘ ਜੀ, ਤੇ ਇਹ ਤਾਂ ਕੀ ਖਤਮ ਕਰ ਲੈਣਗੇ ਸਾਨੂੰ ਜੀ। ਅੱਜ ਪੰਜਾਬ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚਾਰ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਜੇਕਰ 2 ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਇੱਕ ਅਜਿਹੀ ਭਾਵਨਾ ਜਾਂ ਅਜਿਹੀ ਆਈਡੀਓਲੋਜੀ ਨਾਲ ਹੈਗੇ ਨੇ ਜਿਹੜੇ ਇੱਕ ਵੱਖਰਾ ਮੁਲਕ ਦੀ ਮੰਗ ਕਰਦੇ ਨੇ ਜਾਂ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਲਈ ਜ਼ਿੰਮੇਵਾਰ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਖਾਸ ਤੌਰ 'ਤੇ ਨਜ਼ਰਾਂ ਤੁਹਾਡੇ ਹਰ ਬਿਆਨ 'ਤੇ ਰੱਖੀਆਂ ਜਾਂਦੀਆਂ ਜੀ? ਅਸਲ ਗੱਲ ਨਾ ਅਸੀਂ ਪਹਿਲੀ ਗੱਲ ਤਾਂ ਇਸ ਟਾਈਮ ਐਟ ਪ੍ਰੈਜੈਂਟ ਅਸੀਂ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਹੈ, ਪੰਜਾਬ ਦੀ ਤਰੱਕੀ ਦੀ ਗੱਲ ਕਰਕੇ
ਪਹਿਲਾਂ ਮੈਂ ਚਾਹੁੰਦਾ ਵੀ ਮੇਰਾ ਇੱਥੇ ਪੰਜਾਬ ਦੇ ਲੋਕ ਵਿਸ਼ਵਾਸ ਕਰਨ, ਅੰਨਾ ਵਿਸ਼ਵਾਸ ਕਰਨ, ਮੇਰੇ ਤੇ ਪੂਰਾ ਭਰੋਸਾ ਹੋਵੇ ਇਹਨਾਂ ਨੂੰ ਬਈ ਇਹ ਜਿਹੜਾ ਬੰਦਾ ਸਾਡੀ ਗੱਲ ਕਰੂਗਾ ਇਹ ਠੀਕ ਕਰੂਗਾ, ਫਿਰ ਮੈਂ ਟੇਬਲ ਟਾਕ ਦੇ ਵਿੱਚ ਵਿਸ਼ਵਾਸ ਰੱਖਦਾ, ਫਿਰ ਅਸੀਂ ਆਪਣੀ ਸਾਰਿਆਂ ਦੀ ਸਹਿਮਤੀ ਨਾਲ ਮੰਗ ਰੱਖਾਂਗੇ, ਟੇਬਲ ਟਾਕ ਦੇ ਥਰੂ ਕਰਾਂਗੇ, ਅਸੀਂ ਹੋਰ ਕੋਈ ਤਰੀਕਾ ਨਹੀਂ ਚਾਹੁੰਦੇ। ਅੱਜ ਸਪੀਕਰ ਵੱਲੋਂ ਧਾਰਾ 399 ਦੇ ਵਿੱਚ ਸੋਧ ਕੀਤੀ ਗਈ ਹੈ, ਸਹੁੰ ਚੁੱਕਣ ਜਿਹੜਾ ਪ੍ਰਕਿਰਿਆ ਉਹਦੇ ਵਿੱਚ ਸੋਧ ਕੀਤੀ ਗਈ, ਕੋਈ ਵੀ ਵਿਅਕਤੀ ਜਿਹੜੇ ਹਲਫ ਹੈਗੇ ਨੇ ਚੁਣੇ ਜਾਂਦੇ ਹਲਫ ਹੈ ਨੇ ਉਸ ਤੋਂ ਇਲਾਵਾ ਕੋਈ ਫਾਲਤੂ ਸ਼ਬਦ ਨਹੀਂ ਬੋਲੇਗਾ। ਠੀਕ ਉਸ ਵੇਲੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਜਾ ਰਹੇ ਨੇ, ਜਦੋਂ ਪ੍ਰੋਫੈਸਰ ਸੀਦ ਜਿਹੜੇ ਹੈਗੇ ਸਹੁੰ ਚੁੱਕਣ ਜਾ ਰਹੇ ਨੇ, ਦੋਨੋਂ ਆਜ਼ਾਦ ਨੇ, ਇੱਕ ਬਾਰਾਮੁੱਲਾ ਤੋਂ ਇੱਕ ਖਡੂਰ ਸਾਹਿਬ ਤੋਂ, ਪਰ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ, ਉਹਨਾਂ ਦੇ ਵਿੱਚ ਓਵੈਸੀ ਸਾਹਿਬ ਦਾ ਜਿਨ੍ਹਾਂ ਨੇ ਜੈ ਫਲਸਤੀਨ ਦਾ ਨਾਰਾ ਲਗਾਇਆ, ਉਹਨਾਂ ਦੇ ਵਿੱਚ ਇੱਕ ਯੂਪੀ ਤੋਂ ਸੰਸਦ ਮੈਂਬਰ ਚੁਣ ਕੇ ਆਏ ਗੰਗਵਾਰ ਸਾਹਿਬ, ਉਹਨਾਂ ਨੇ ਜੈ ਹਿੰਦੂ ਰਾਸ਼ਟਰ ਦਾ ਨਾਰਾ ਲਗਾਇਆ, ਕਿਸ ਤਰੀਕੇ ਨਾਲ ਦੇਖਦੇ ਨੇ ਦੋਨੋਂ ਸਰੋਕਾਰ? ਮੈਂ ਦੇਖਦਾ ਹੈ ਬਈ ਜੇ ਹਿੰਦੂ ਰਾਸ਼ਟਰ ਦਾ ਵੀ ਕੋਈ ਨਾਰਾ ਲਾਉਂਦਾ ਹੈ ਨਾ, ਉਹਦੇ ਨਾਲ ਵੀ ਉਹੀ ਹੋਣਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਖਾਲਿਸਤਾਨ ਦੀ ਗੱਲ ਕਰਤੇ ਪਰਚਾ ਦਿੰਦੇ ਹੈ ਨਾ, ਉਹੀ ਪਰਚਾ ਹਿੰਦੂ ਰਾਸ਼ਟਰ 'ਤੇ ਵੀ ਦੇਣਾ ਚਾਹੀਦਾ। ਮਾਹੌਲ ਖਰਾਬ ਹੁੰਦਾ ਇਹ ਚੀਜ਼ਾਂ ਨਾਲ? ਮਾਹੌਲ ਤਾਂ ਖਰਾਬ ਹੋ ਹੀ ਰਿਹਾ, ਅੱਜ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ, ਤੁਸੀਂ ਆਪਣੇ ਦੇਸ਼ 'ਚ ਉਹ ਮਾਹੌਲ ਨਹੀਂ ਖਰਾਬ, ਉਹ ਵੀ ਤਾਂ ਮਾਹੌਲ ਖਰਾਬ ਹੈ ਨਾ ਜੀ। ਬਸ ਗੱਲ ਇਹ ਆ ਵੀ ਸਰਕਾਰ ਇਹਨਾਂ ਨੂੰ ਫੜਦੀ ਨਹੀਂ, ਇਹਨਾਂ ਨੂੰ ਡਿਫੈਂਡ ਕਰਦੀ ਹੈ ਹਿੰਦੂਆਂ ਨੂੰ। ਮੁਸਲਮਾਨਾਂ ਦੇ ਖਿਲਾਫ ਤਾਂ ਯੂਪੀ ਦੇ ਵਿੱਚ ਰਿਕਸ਼ੇ ਕਰਕੇ ਰਿਕਸ਼ਿਆਂ ਦੇ ਉੱਤੇ ਸਪੀਕਰ ਲਾ ਕੇ ਬਕਾਇਦਾ ਬਾਜ਼ਾਰਾਂ 'ਚ ਕਿਹਾ ਜਾਂਦਾ ਹੈ ਵੀ ਕਿਸੇ ਵੀ ਮੁਸਲਮਾਨ ਨੂੰ ਨੌਕਰੀ ਨਹੀਂ ਦੇਣੀ ਆਪਣੀ ਦੁਕਾਨ 'ਤੇ। ਜਿਹੜਾ ਬੰਦਾ ਆਪਣੀ ਦੁਕਾਨ 'ਤੇ ਮੁਸਲਮਾਨ ਨੂੰ ਨੌਕਰੀ ਦਊਗਾ ਉਸਦਾ ਸਮਾਜਿਕ ਬਹਿਸ਼ਕਾਰ ਕਰਕੇ ਉਸਦੀ ਦੁਕਾਨ ਤੋਂ ਕੋਈ ਰਾਸ਼ਨ ਕੋਈ ਸਮਾਨ ਨਾ ਲਿਆ ਜਾਵੇ, ਸ਼ਰੇਆਮ ਕਹਿੰਦੇ ਹੈ ਜੀ। ਖਾਲਸਾ ਜੀ, ਆਖਰੀ ਸਵਾਲ ਲਵਾਂਗੇ, ਪੰਜਾਬ ਦੇ ਵਿੱਚ ਇਸ ਸਮੇਂ ਪੋਲੀਟੀਕਲ ਵੈਕਿਊਮ ਹੈ ਪੰਥਕ ਸਿਆਸਤ ਦੇ ਵਿੱਚ, ਅਕਾਲੀ ਦਲ ਦੀ ਸਿਆਸਤ ਦੇ ਵਿੱਚ, ਭਾਈ ਅੰਮ੍ਰਿਤਪਾਲ ਸਿੰਘ ਕਦੇ ਰਾਬਤਾ ਹੁੰਦਾ ਜਾਂ ਪਰਿਵਾਰ ਨਾਲ ਕਦੇ ਗੱਲਬਾਤ ਚੱਲੀ ਕਿ ਇੱਕ ਪਾਰਟੀ ਬਣਾ ਲਈ ਜਾਵੇ, ਇੱਕ ਧਿਰ ਬਣਾ ਲਈ ਜਾਵੇ, ਕਿਉਂਕਿ ਸੰਗਠਨ ਤੋਂ ਬਿਨਾਂ ਵੱਡੇ ਫੈਸਲੇ ਵੱਡੇ ਮੁਕਾਮ ਜਿਹੜੇ ਹੈਗੇ ਨੇ ਉਹ ਹਾਸਲ ਨਹੀਂ ਕੀਤੇ ਜਾ ਸਕਦੇ? ਨਹੀਂ, ਉਹ ਜਦੋਂ ਹੁਣ ਦੇਖੋ ਜੋ ਵੀ ਕਰਾਂਗੇ, ਮੈਂ ਅੰਮ੍ਰਿਤਪਾਲ ਸਿੰਘ ਜੀ ਦੀ ਸਲਾਹ ਤੋਂ ਬਿਨਾਂ ਕੁਛ ਨਹੀਂ ਕਰਨਾ, ਉਹ ਆਉਣਗੇ ਅਸੀਂ ਸਲਾਹ ਕਰਾਂਗੇ, ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਹੈ। ਮਨ ਦੇ ਵਿੱਚ ਕਿ ਪੋਲੀਟੀਕਲ ਪਾਰਟੀ ਬਣਾ ਲਈ ਜਾਵੇ? ਹਾਂਜੀ ਹਾਂਜੀ, ਬਹੁਤ ਵੱਡਾ ਸਮਰਥਨ ਦਿੱਤਾ। ਹਾਂਜੀ ਜੀ, ਨਹੀਂ ਮੈਂ ਤੁਹਾਨੂੰ ਕਹਿ ਤਾਂ ਦਿੱਤੀ ਨਾ ਗੱਲ ਜੀ, ਜੋ ਵੀ ਕਰਾਂਗੇ ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਕਰਾਂਗੇ, ਉਸ ਤੋਂ ਪਹਿਲਾਂ ਕੁਛ ਨਹੀਂ ਕਰਦੇ ਜੀ। ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਖਲਾਅ ਹੈਗਾ, ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਖਾਸ ਤੌਰ 'ਤੇ ਜਿਹੜੀਆਂ ਬਹੁਤ ਸਾਰੀਆਂ ਉਹ ਕਹਿੰਦੇ ਗਲਤੀਆਂ ਹੋਈਆਂ ਸਾਡੇ ਤੋਂ, ਗੁਨਾਹ ਆਏ, ਚਾਹੇ ਬੇਅਦਬੀ ਦਾ ਮਾਮਲਾ ਆਵੇ, ਸਮੀਤ ਸੈਣੀ ਨੂੰ ਲਗਾਉਣ ਦਾ ਮਾਮਲਾ, ਇਜ਼ਹਾਰ ਆਲਮ ਦਾ ਮਾਮਲਾ ਆਵੇ, ਚਾਹੇ ਬਠਿੰਡਾ ਕੋਰਟ ਤੋਂ ਡੇਰਾ ਮੁਖੀ ਦੇ ਖਿਲਾਫ਼ ਚੱਲ ਰਹੇ ਕੇਸ ਵਾਪਸ ਲੈਣ ਦਾ ਮੁੱਦਾ ਆਵੇ, ਕੀ ਲੱਗਦਾ ਕਿ ਉਹਨਾਂ ਜਿਹੜੇ ਵੱਡੇ ਮੁੱਦੇ ਉੱਠੇ ਨੇ ਇਹਨਾਂ ਸਮੇਂ ਦੇ ਵਿੱਚ, ਉਹ ਪੰਥ ਨੂੰ ਨਵਾਂ ਰਾਹ ਜਾਂ ਨਵੇਂ ਪਾਸੇ ਤੋਰਨ ਦੀ ਗੱਲ ਕਰਦੀ ਹੈ, ਇਹ ਇੱਕ ਧਿਰ ਜਿਹੜੀ ਹੈਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਫਿੱਟ ਬਹਿ ਸਕਦੇ? ਕਹਿੰਦੇ ਹੋ ਕਿਹੜਾ? ਜਿਹੜਾ ਹੁਣ ਇੱਕ ਬਾਗੀ ਧੜਾ ਜਿਹੜਾ ਹੈਗਾ ਦਰਬਾਰ ਸਾਹਿਬ ਗਿਆ, ਜੇਕਰ ਉਹ ਅਪਰੋਚ ਕਰਦੇ ਆ ਜਿਹੜੇ ਮੁੱਦਿਆਂ ਨੂੰ ਲੈ ਕੇ ਜਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਛਤਾਤਾਪ ਕੀਤਾ ਹੈਗਾ ਗਏ ਨੇ, ਸੋਚਿਆ ਜਾ ਸਕਦਾ ਫਿਰ ਉਸੇ ਧਿਰ ਇੱਕ ਵੱਡੀ ਧਿਰ ਦੀ ਅਗਵਾਈ ਕੀਤੀ ਜਾਵੇ? ਨਹੀਂ ਜੀ, ਨਹੀਂ 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 ਨਹੀਂ, ਅਸੀਂ ਨਹੀਂ ਐਵੇਂ ਦੀ ਹਲੇ ਕੋਈ ਗੱਲ। ਮੈਂ ਤੁਹਾਨੂੰ ਕਹਿ ਤਾਂ ਰਿਹਾ ਵੀ ਮੈਂ ਕੋਈ ਫੈਸਲਾ ਨਹੀਂ ਲੈਣਾ, ਉਹਨਾਂ ਦੇ ਨਾਲ ਤੁਰਨਾ ਹੈ ਨਹੀਂ ਤੁਰਨਾ ਇਹ ਸਾਡਾ ਦੋਹਾਂ ਦਾ ਸਾਂਝਾ ਫੈਸਲਾ ਹੋਊਗਾ, ਬਸ ਅਕਾਲੀ ਦਲ ਤੁਰਨਾ ਜਾਂ ਨਹੀਂ ਤੁਰਨਾ। ਹਾਂ, ਇਹ ਬਾਗੀ ਧੜੇ ਨਾਲ ਕਿਵੇਂ ਤੁਰਨਾ ਹੈ
ਇਹ ਅੰਮ੍ਰਿਤਪਾਲ ਸਿੰਘ ਜੀ ਨਾਲ ਜਦੋਂ ਤੱਕ ਮੈਂ ਗੱਲ ਨਹੀਂ ਕਰਦਾ ਮੈਂ ਕੁਛ ਨਹੀਂ ਕਹਿ ਸਕਦਾ, ਕਿਉਂਕਿ ਮੈਂ ਦੇਖੋ ਸਾਡੀ ਸੋਚ ਇੱਕ, ਸਾਡਾ ਸਾਰਾ ਕੁਛ ਇੱਕ ਹੈ। ਮੈਂ ਚਾਹੁੰਦਾ ਹੈ ਬਈ ਉਹ ਆਉਣ, ਅਸੀਂ ਬੈਠ ਕੇ ਗੱਲ ਕਰੀਏ, ਫਿਰ ਦੇਖੀਏ ਕੀ ਕਰਨਾ। ਵੱਡੀ ਲੜਾਈ ਦੇ ਲਈ ਤਿਆਰ ਹੋ ਭਾਈ ਸਾਹਿਬ ਔਰ ਭਾਈ ਅੰਮ੍ਰਿਤਪਾਲ ਸਿੰਘ? ਹਾਂਜੀ, ਵੱਡੀ ਲੜਾਈ। ਹਾਂਜੀ ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ, ਤਾਂ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਸਮਾਂ ਦੇਣ ਦੇ ਲਈ। ਤਾਂ ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਸੀ, ਥੋੜ੍ਹੇ ਸਮੇਂ ਦੇ ਵਿੱਚ ਵੱਡੀ ਚਰਚਾ ਕਰਨ ਦੀ ਗੱਲ ਕੀਤੀ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਹੋਰ ਵੀ ਤੁਹਾਡੇ ਨਾਲ ਮਿਲਾਉਂਦੇ ਰਹਾਂਗੇ ਸ਼ਖਸੀਅਤਾਂ ਨੂੰ। ਧੰਨਵਾਦ।